ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਬਹੁਤ ਹੀ ਸੋਹਣੀ ਸੁਨੱਖੀ ਅਤੇ ਮਸ਼ਹੂਰ ਅਦਾਕਾਰਾ ਰਾਜ ਧਾਲੀਵਾਲ ਦੀ ਕਹਾਣੀ ਤੁਹਾਡੇ ਤੱਕ ਲੈ ਕੇ ਆਏ ਹਾਂ, ਜੋ ਕਿ ਬਹੁਤ ਸਾਰੀਆਂ ਸੁਪਰਹਿੱਟ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਲੋਕ ਉਹਨਾਂ ਦੀ ਐਕਟਿੰਗ ਦੇ ਦੀਵਾਨੇ ਨੇ ਅਤੇ ਉਹਨਾਂ ਨੂੰ ਪਸੰਦ ਕਰਦੇ ਨੇ। ਸੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀ ਉਮਰ ਬਾਰੇ, ਉਹਨਾਂ ਦੇ ਪਤੀ ਬਾਰੇ ਅਤੇ ਉਹਨਾਂ ਦੇ ਬੱਚਿਆਂ ਬਾਰੇ ਗੱਲਬਾਤ ਕਰਾਂਗੇ। ਸੋ ਪੂਰੀ ਜਾਣਕਾਰੀ ਲਈ ਵੀਡੀਓ ਨਾਲ ਐਂਡ ਤੱਕ ਬਣੇ ਰਹੋ। ਸੋ ਸਭ ਤੋਂ ਪਹਿਲਾਂ ਇਹਨਾਂ ਦਾ ਜਨਮ ਪੰਜਾਬ ਦੇ ਸ਼ਹਿਰ ਨਾਭਾ ਵਿਖੇ ਹੋਇਆ। ਪਰਿਵਾਰ ਵਿੱਚ ਮਾਤਾ ਪਿਤਾ ਤੋਂ ਬਿਨਾਂ ਇਹ ਤਿੰਨ ਭੈਣ ਭਰਾ ਸੀ, ਜਿਨ੍ਹਾਂ ਵਿੱਚੋਂ ਇਹਨਾਂ ਦੇ ਭਰਾ ਅਤੇ ਮਾਤਾ ਜੀ ਦੀ ਮੌਤ ਹੋ ਚੁੱਕੀ ਹੈ। ਇਹਨਾਂ ਦੀ ਮਾਤਾ ਜੀ ਦਾ ਨਾਂ ਕੁਲਵੰਤ ਕੌਰ ਸੀ ਅਤੇ ਪਿਤਾ ਜੀ ਦਾ ਨਾਂ ਸਰਦਾਰ ਉਜਾਗਰ ਸਿੰਘ ਹੈ। ਜੇ ਇਹਨਾਂ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਇਹਨਾਂ ਨੇ ਹੋਮ ਸਾਇੰਸ ਦੇ ਵਿੱਚ ਪਲੱਸ ਟੂ ਕੀਤੀ ਹੋਈ ਹੈ ਅਤੇ ਪਲੱਸ ਟੂ ਦੇ ਵਿੱਚ ਇਹਨਾਂ ਨੇ ਪੂਰੇ ਪੰਜਾਬ 'ਚੋਂ ਟੌਪ ਕੀਤਾ ਸੀ। ਉਦੋਂ ਇਹਨਾਂ ਦੇ ਘਰਦਿਆਂ ਨੇ ਇਹਨਾਂ ਨੂੰ ਪਹਿਲੀ ਵਾਰ ਟੈਲੀਵਿਜ਼ਨ ਲੈ ਕੇ ਦਿੱਤਾ ਸੀ। ਤੁਹਾਨੂੰ ਦੱਸ ਦੇ ਕਿ ਰਾਜ ਧਾਲੀਵਾਲ ਇੱਕ ਮਿਡਲ ਕਲਾਸ ਫੈਮਿਲੀ 'ਚੋਂ ਅੱਗੇ ਆਈ ਹੈ। ਉਹਨਾਂ ਨੇ 8ਵੀਂ ਕਲਾਸ 'ਚ ਟਿਊਸ਼ਨ ਪੜ੍ਹਾ ਕੇ ਆਪਣੇ ਲਈ ਲੇਡੀ ਸਾਈਕਲ ਖਰੀਦਿਆ ਸੀ, ਪਰ ਤੁਹਾਨੂੰ ਦੱਸ ਦਈਏ ਕਿ ਉਦੋਂ ਉਹ ਥੀਏਟਰ ਨਾਲ ਨਹੀਂ ਜੁੜੇ ਹੋਏ ਸੀ। ਸਕੂਲ ਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਜਦੋਂ ਰਾਜ ਧਾਲੀਵਾਲ ਪਹਿਲੇ ਹੀ ਦਿਨ ਕਾਲਜ ਜਾਣ ਲਈ ਬੱਸ 'ਚ ਚੜ੍ਹੀ ਤਾਂ ਪੰਜਾਬੀ ਐਕਟਰ ਨਿਰਭੈ ਧਾਲੀਵਾਲ ਵੀ ਉਸੇ ਬੱਸ 'ਚ ਸਵਾਰ ਸੀ। ਉਹਨਾਂ ਨੇ ਰਾਜ ਧਾਲੀਵਾਲ ਲਈ ਸੀਟ ਛੱਡ ਦਿੱਤੀ। ਸੋ ਉੱਥੋਂ ਹੀ ਇਹਨਾਂ ਦੋਵਾਂ ਦੀ ਪਿਆਰ ਕਹਾਣੀ ਸ਼ੁਰੂ ਹੋਈ। ਰਾਜ ਧਾਲੀਵਾਲ ਦੀ ਭੂਆ ਦਾ ਮੁੰਡਾ ਨਿਰਭੈ ਧਾਲੀਵਾਲ ਦਾ ਦੋਸਤ ਸੀ। ਉਹ ਮੁੰਡਾ ਇਹਨਾਂ ਦੋਵਾਂ ਦਾ ਵਿਚੋਲਾ ਬਣਿਆ, ਨਿਰਭੈ ਦਾ ਰਿਸ਼ਤਾ ਲੈ ਕੇ ਰਾਜ ਦੇ ਘਰ ਗਿਆ। ਸੋ ਇੱਦਾਂ ਇਹਨਾਂ ਦੋਵਾਂ ਦਾ ਵਿਆਹ ਪੱਕਾ ਹੋਇਆ। ਅੱਜ ਇਹਨਾਂ ਦੋਵਾਂ ਦੇ ਵਿਆਹ ਨੂੰ ਪੂਰੇ 22 ਸਾਲ ਹੋ ਚੁੱਕੇ ਨੇ। ਵਿਆਹ ਤੋਂ ਬਾਅਦ ਇਹਨਾਂ ਦੇ ਘਰ ਇੱਕ ਮੁੰਡੇ ਨੇ ਜਨਮ ਲਿਆ, ਜਿਸ ਦਾ ਨਾਂ ਇਹਨਾਂ ਨੇ ਜੋਬਨ ਧਾਲੀਵਾਲ ਰੱਖਿਆ। ਵਿਆਹ ਤੋਂ ਬਾਅਦ ਹੀ ਨਿਰਭੈ ਨੇ ਰਾਜ ਨੂੰ ਆਪਣੇ ਥੀਏਟਰ ਗਰੁੱਪ 'ਚ ਰਲਾ ਲਿਆ ਅਤੇ ਰਲ ਮਿਲ ਕੇ ਕੰਮ ਕਰਨਾ ਸ਼ੁਰੂ ਕੀਤਾ। ਉਦੋਂ ਉਹ ਅਮਲੋਹ ਰਹਿੰਦੇ ਹੁੰਦੇ ਸੀ। ਉੱਥੇ ਉਹਨਾਂ ਨੇ ਟਿਊਸ਼ਨ ਵਗੈਰਾ ਪੜ੍ਹਾ ਕੇ ਮੋਟਰਸਾਈਕਲ ਖਰੀਦਿਆ ਸੀ ਅਤੇ ਉਸੇ ਮੋਟਰਸਾਈਕਲ ਰਾਹੀਂ ਉਹ ਪਿੰਡ ਪਿੰਡ ਜਾ ਕੇ ਨਾਟਕ ਖੇਡਿਆ ਕਰਦੇ ਸੀ। ਪੰਜਾਬੀ ਐਕਟਰ ਜਗਜੀਤ ਸੰਧੂ ਵੀ ਉਹਨਾਂ ਨਾਲ ਹੀ ਰਹਿੰਦਾ ਹੁੰਦਾ ਸੀ। ਸੋ ਇੱਦਾਂ ਹੌਲੀ ਹੌਲੀ ਕੰਮ ਕਰਦੇ ਕਰਦੇ ਉਹਨਾਂ ਨੇ ਸੈਕਿੰਡ ਹੈਂਡ ਮਰੂਤੀ ਕਾਰ ਖਰੀਦੀ, ਉਸ ਉੱਤੇ ਨਾਟਕ ਖੇਡਣ ਜਾਂਦੇ ਰਹੇ। ਅਮਲੋਹ ਤੋਂ ਬਾਅਦ ਇਹ ਪਟਿਆਲਾ ਅਰਬਨ ਸਟੇਟ ਆ ਕੇ ਰਹਿਣ ਲੱਗ ਪਏ। ਸਾਲ 2009 'ਚ ਰਾਜ ਧਾਲੀਵਾਲ ਨੂੰ ਪਹਿਲੀ ਪੰਜਾਬੀ ਫਿਲਮ 'ਚ ਕੰਮ ਮਿਲਿਆ, ਜਿਸਦਾ ਨਾਂ ਹੈ ਹੀਰ ਰਾਂਝਾ। ਇਸ ਫਿਲਮ ਲਈ ਉਹਨਾਂ ਨੂੰ 11,000 ਰੁਪਇਆ ਮਿਲਿਆ। ਸੋ ਇੱਦਾਂ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਸੁਪਰਹਿੱਟ ਪੰਜਾਬੀ ਫਿਲਮਾਂ 'ਚ ਕੰਮ ਕੀਤਾ, ਜਿੱਦਾਂ ਕਿ ਪਾਣੀ 'ਚ ਮੰਧਾਣੀ, ਸ਼ਾਵਾਨੀ ਗਰਧਾਰੀ ਲਾਲ, ਦਾਣਾ ਪਾਣੀ, ਇੱਕੋ ਮਿੱਕੋ, ਮੁੰਡਾ ਹੀ ਚਾਹੀਦਾ, ਚੱਲ ਮੇਰਾ ਪੁੱਤ ਅਤੇ ਕਿਸਮਤ। ਇਸ ਤੋਂ ਬਿਨਾਂ ਇਹਨਾਂ ਦੇ ਪੁੱਤ ਜੋਬਨ ਦੇ ਛੋਟੇ ਹੋਣ ਕਾਰਨ ਉਸਦਾ ਧਿਆਨ ਰੱਖਣ ਲਈ ਇਹਨਾਂ ਨੂੰ ਬਹੁਤ ਸਾਰੀਆਂ ਫਿਲਮਾਂ ਛੱਡਣੀਆਂ ਵੀ ਪਈਆਂ, ਜਿੱਦਾਂ ਕਿ ਸਰਵਣ, ਲਾਹੌਰੀਏ, ਜਿੰਦੂਆ ਅਤੇ ਮੋਟਰ ਮਿੱਤਰਾਂ ਦੀ। ਤੁਹਾਨੂੰ ਦੱਸ ਦਈਏ ਕਿ ਰਾਜ ਧਾਲੀਵਾਲ ਨੇ ਆਪਣੇ ਗਹਿਣੇ ਵੇਚ ਕੇ ਜ਼ਮੀਨ ਖਰੀਦ ਕੇ ਆਪਣੇ ਪੁੱਤ ਦੇ ਨਾਂ ਉੱਤੇ ਜੋਬਨ ਓਪਨ ਏਅਰ ਥੀਏਟਰ ਪਟਿਆਲਾ ਵਿਖੇ ਖੋਲ੍ਹਿਆ, ਜਿੱਥੇ ਬੱਚਿਆਂ ਨੂੰ ਫ੍ਰੀ ਥੀਏਟਰ ਸਿਖਾਇਆ ਜਾਂਦਾ ਹੈ। ਹੁਣ ਜੇ ਇਹਨਾਂ ਨਾਲ ਜੁੜੀਆਂ ਕੁਝ ਹੋਰ ਇੰਟਰਸਟਡ ਗੱਲਾਂ ਕਰੀਏ ਤਾਂ ਰਾਜ ਧਾਲੀਵਾਲ ਦੀ ਉਮਰ 50 ਸਾਲ ਤੋਂ ਵੀ ਉੱਪਰ ਹੋ ਚੁੱਕੀ ਹੈ। ਇਹਨਾਂ ਦੀ ਹਾਈਟ 5'6" ਦੇ ਕਰੀਬ ਹੈ। ਇਹਨਾਂ ਦਾ ਸਹੁਰਾ ਪਿੰਡ ਸ਼ਮਸ਼ਪੁਰ ਹੈ। ਇਹਨਾਂ ਨੇ ਥੀਏਟਰ ਦੀ ਜ਼ਮੀਨ ਖਰੀਦਣ ਲਈ ਆਪਣੇ ਗਹਿਣੇ ਤਾਂ ਵੇਚੇ ਸੀ ਕਿਉਂਕਿ ਜਦੋਂ ਅਮਲੋਹ ਵਿਖੇ ਰਾਜ ਤੇ ਨਿਰਭੈ ਆਪਣੇ ਗਰੁੱਪ ਨਾਲ ਰਿਹਰਸਲ ਕਰਦੇ ਸੀ ਤਾਂ ਲੋਕ ਉਹਨਾਂ ਉੱਤੇ ਹੱਸਦੇ ਸੀ ਕਿ ਇਹ ਤਾਂ ਮੂਰਖ ਨੇ, ਉਹੀ ਰੌਲਾ ਪਾਈ ਜਾਂਦੇ ਨੇ। ਇਸ ਕਰਕੇ ਉਹਨਾਂ ਨੇ ਪਟਿਆਲੇ ਥੀਏਟਰ ਖੋਲ੍ਹਿਆ ਤਾਂ ਕਿ ਉਹਨਾਂ ਦੇ ਬੇਟੇ ਦੇ ਹੋਰਾਂ ਨੂੰ ਲੋਕਾਂ ਦੇ ਤਾਨੇ ਨਾ ਸੁਣਨੇ ਪੈਣ। ਇਸੇ ਕਰਕੇ ਇਸ ਥੀਏਟਰ ਦੇ ਵਿੱਚ ਹਰ ਕੋਈ ਫ੍ਰੀ ਪ੍ਰੈਕਟਿਸ ਕਰ ਸਕਦਾ ਹੈ। ਸੋ ਇਹ ਸੀ ਰਾਜ ਧਾਲੀਵਾਲ ਦੀ ਬਾਇਓਗ੍ਰਾਫੀ। ਤੁਹਾਨੂੰ ਵੀਡੀਓ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦਿਓ। ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਇਕਸੀ ਦੇਸੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸੋ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਉਦੋਂ ਤੱਕ ਰੱਬ ਰਾਖਾ।